ਜ਼ਿੰਦਾਬਾਦ ਮੁਰਦਾਬਾਦ ਦੇ ਨਾਰੇ ਲਗਾ ਰਹੇ ਇਹ ਲੋਕ ਕੋਈ ਹੋਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਨ੍ਹਾਂ ਦੀ ਇਹ ਨਾਰੇਬਾਜ਼ੀ ਬਿਆਨ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਾੜਾ ਵੱਧਦਾ ਜਾ ਰਿਹਾ ਹੈ ਕਿਉਂਕਿ ਸੰਗਰੂਰ ਵਿਖੇ ਸੁਖਪਾਲ ਖਹਿਰਾ ਧੜੇ ਦੀ ਮੀਟਿੰਗ ਦੌਰਾਨ ਜੰਮ ਕੇ ਹੰਗਾਮਾ ਹੋਇਆ ਅਤੇ ਭਗਵੰਤ ਮਾਨ ਦੇ ਸਮਰਥਕ ਆਪਸ ਵਿੱਚ ਭਿੜ ਗਏ ਤੇ ਉਹਨਾਂ ਨੇ ਇੱਕ ਦੂਜੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਖੈਰਾ ਮੁਰਦਾਬਾਦ 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 ਅਸੀਂ ਸਵੇਰੇ 10 ਵਜੇ ਦੇ ਖੈਰਾ ਸਾਹਿਬ ਦੀ ਵੇਟ ਕਰ ਰਹੇ ਹਾਂ 12 ਵਜੇ ਆ ਕੇ ਤੇ ਉਦੋਂ ਵੀ ਇਹਨਾਂ ਨੇ ਮੌਕਾ ਨਹੀਂ ਦਿੱਤਾ ਬੋਲਣ ਦਾ ਤੇ ਉਦੋਂ ਬੋਲਣ ਦਾ ਮੌਕਾ ਨਹੀਂ ਦਿੱਤਾ ਇਹਨਾਂ ਨੇ ਤੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਅਰਵਿੰਦ ਕੇਜਰੀਵਾਲ ਜੀ ਦੀ ਪ੍ਰਸ਼ੰਸਾ ਬਿਲਕੁਲ ਇਹਨਾਂ ਨੂੰ ਨਾ ਗਵਾਰਾ ਗੁਜਰੀ ਜਦੋਂ ਮੈਂ 20 ਦੇ 20 ਐਮਐਲਏ ਵਾਸਤੇ ਮੈਂ ਇੱਕ ਵਾਸਤੇ ਨਹੀਂ ਕਹਿੰਦਾ ਜਦੋਂ ਮੈਂ 20 ਦੇ 20 ਐਮਐਲਏ ਵਾਸਤੇ ਕਿਹਾ ਕਿ ਜਾ ਕੇ ਗਰਾਊਂਡ 'ਤੇ ਕੰਮ ਕਰੋ ਜਿਵੇਂ ਅਰਵਿੰਦ ਕੇਜਰੀਵਾਲ ਜੀ ਗਰਾਊਂਡ 'ਤੇ ਕੰਮ ਕਰ ਰਹੇ ਨੇ ਤਾਂ ਉਹਨਾਂ ਨੇ ਬਿਲਕੁਲ ਹੀ ਮੈਕ ਬੰਦ ਕਰਵਾਤਾ ਅਤੇ ਮੈਕ ਖੋਲ੍ਹਿਆ ਮੈਨੂੰ ਬਾਹਰ ਕੱਢਤਾ ਅਤੇ ਸਾਰੇ ਸਾਥੀਆਂ ਨੂੰ ਬਾਹਰ ਕੱਢਤਾ ਜਿੰਨੇ ਵੀ ਅਸੀਂ ਪੂਰੇ ਸੰਗਰੂਰ ਦੀ ਟੀਮ ਪੁਰਾਣੀ ਟੀਮ ਫਾਊਂਡਰ ਟੀਮ ਸਾਰੀ ਦਿਨ ਰਾਤ ਜਿਹੜੀ ਮਰਨ ਵਾਲੀ ਟੀਮ ਉਹ ਸਾਰੀ ਟੀਮ ਨੂੰ ਬਾਹਰ ਕੱਢ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਜੀ ਨੇ ਅਰਵਿੰਦ ਕੇਜਰੀਵਾਲ ਜੀ ਮਿਹਨਤ ਕਰਦੇ ਰਹੇ ਨੇ ਲਗਾਤਾਰ ਗਲੀ ਗਲੀ ਹੁਣ ਵੀ ਘੁੰਮ ਰਹੇ ਨੇ ਕਿ ਸਾਡੇ ਐਮਐਲਏ ਪੰਜਾਬ ਦੇ ਕਿ ਉਹ ਗਲੀ ਗਲੀ ਘੁੰਮ ਰਹੇ ਨੇ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।